ਜਾਣੀ ਹੈ। ਸਾਡੇ 3 ਲੱਖ ਰੁਪਏ ਦੀ ਮੌਤ ਕਰ ਦੇ ਲੋ, 19 ਲੱਖ ਰੁਪਇਆ ਜੀ, 19 ਲੱਖ ਦੱਸਿਆ ਕੋਈ ਤਾਂ ਬੋਲੋ, 19 ਲੱਖ ਰੁਪਏ ਦੱਸਿਆ ਕੋਈ, ਹਾਂਜੀ 19 ਲੱਖ ਰੁਪਇਆ ਹੈ ਕੋਈ ਇਸ ਤੋਂ ਉੱਤੇ? 2014 ਮਾਡਲ ਦੇ ਸਬਕ ਕਿਸ ਹੈ? 19 ਲੱਖ ਤੋਂ ਉੱਤੇ ਹੈ ਕੋਈ? 19-10 19 ਲੱਖ 10 ਹਜ਼ਾਰ ਹੋ ਗਿਆ ਜੀ, 19 ਲੱਖ 10 ਹਜ਼ਾਰ ਦੱਸਿਆ ਕੋਈ ਤਾਂ ਬੋਲੋ, 19 ਲੱਖ 10 ਹਜ਼ਾਰ ਤੋਂ ਉੱਤੇ ਹੈ ਕੋਈ? ਕਿਸੇ ਦਾ ਕੋਈ ਜਵਾਬ ਨਹੀਂ, ਐਂਡ ਹੋ ਗਿਆ, 19 ਲੱਖ 10 ਹਜ਼ਾਰ ਤੇ ਐਂਡ ਹੋ ਗਿਆ। ਹਾਂਜੀ ਬੋਸ ਦੱਸੋ ਕਿੰਨੇ ਦੇਣੀ ਹੈ? ਫਾਈਨਲ 22 ਲੱਖ ਰੁਪਏ ਮੈਂ ਅੰਦਰ ਹਫਤ ਵਾਲੇ ਰੂਮ ਚ ਰੱਖ ਸੌਦਾ ਹੋਏਗਾ ਨਾ ਫਿਰ ਲੋਕਾਂ ਦਾ ਦਿਲ ਖੁੱਲੇਗਾ। ਅਜੇ ਕੰਮ ਸ਼ੁਰੂ ਹੋਇਆ, ਦੱਸੋ ਸਾਰਿਆਂ ਦਾ। ਹਾਂਜੀ ਸਾਹਿਬ ਇਹ ਨੋਟ ਫੜੋ ਮੇਰਾ, ਬਿਸਮਿਲ੍ਲਾ ਮੇਰਾ ਨੋਟ ਫੜੋ, ਛੱਡ ਦਿਓ ਮੈਂ ਆਪਣਾ ਨੋਟ ਦੇ ਰਿਹਾ, ਫੜੋ ਤੇ ਸਹੀ ਉਹ ਨੋਟ ਤੇ ਫੜੋ। ਲਓ ਜੀ 9 ਲੱਖ ਰੁਪਏ ਦੀ ਆਫਰ ਹੈ ਜੀ, ਬਿਸਮਿਲ੍ਲਾ ਕਰੋ ਦੇ ਦਿਓ ਸੋਹਣੇ ਪੈਸੇ ਜੇ। ਲਓ ਜੀ ਹੁਣ ਦੱਸੋ ਕਿ ਬੋਲਿਆ ਇਸ ਤੋਂ ਉੱਤੇ? ਹਾਂਜੀ 9 ਲੱਖ ਰੁਪਏ ਦੇਣੀ ਨੇ ਗੱਡੀ, ਸੋਚ ਲਓ ਟਾਈਮ ਜੇ ਸੋਹਣੀ ਹੈ, ਦੱਸੋ ਕੀ ਕਰਨਾ ਜੇ? ਇਨਸ਼ਾਅੱਲਾ 2009 ਮਾਡਲ ਕਲਟਸ ਤਰ੍ਹਾਂ ਚੱਲਦੀ ਹੈ ਅਹਿਮਦ ਭਾਈ, ਵੋ ਪਿਛਲੀ ਕਰ ਲੈ। ਚਲੋ ਇਹਨਾਂ ਦੀ ਇੱਕ ਬੇੜ ਲਈ ਫਿਰ ਅੱਗੇ ਚੱਲਦੇ ਹਾਂ। ਮੇਰੀ ਸਭ ਤੋਂ ਪਹਿਲਾਂ ਨਿਕਲ ਰਹੀ ਹੈ ਲੋਰ ਜੀ, ਡਾਕ ਸ਼ਟ ਟੈਂਟੋ ਟੈਂਟੋ ਗੱਡੀ ਜਿਹੜੀ ਲੈਣੀ ਹੈ ਤੇ ਰਾਜਵਾਨ ਦੀ ਜਪਾਨੀ ਗੱਡੀ ਹੈ, ਆਟੋਮੈਟਿਕ ਗੇਅਰ ਦੀ ਆਟੋਮੈਟਿਕ ਡੋਰ ਵਾਲੀ। 2011 ਮਾਡਲ ਹੈ ਜੀ, 2015 ਦਾ ਨੰਬਰ ਹੈ ਗੱਡੀ ਦੇ। 6 ਪਿੱਲਰ ਫੇਲ ਜੇ ਰੱਖੋ, ਬਾਕੀ ਜੋ ਜਨਮ ਨਿਕਲੇ ਤੁਹਾਡੇ ਨਸੀਬ। ਅੱਗੇ ਆਜੋ ਬਜਟ ਸਾਰੇ ਅੰਦਰ ਆ ਜਾਓ। ਜਪਾਨੀ ਟੈਂਟੋ 2011-15 ਡਿਮਾਂਡ ਦੱਸੋ ਜੀ। 17.5 ਲੱਖ ਰੁਪਏ ਡਿਮਾਂਡ ਹੈ ਜੀ, ਲਓ ਪੈਸੇ। 17.5 ਲੱਖ ਰੁਪਏ ਡਿਮਾਂਡ ਕਰਦੇ ਲੋ, ਹੈ ਕੋਈ ਹੋਰ?
10 ਲੱਖ ਹੋਰ ਵੀ ਦੋ ਤਿੰਨ ਪੀਸ ਜੈਨੂਅਲ ਨੇ ਗੱਡੀ ਸੋਹਣੀ ਹੈ ਮਾਸ਼ਾਅੱਲਾ ਇਸੇ ਚਾਲੂ ਆਟੋ ਗੇਅਰ ਦੀ ਜਪਾਨੀ ਗੱਡੀ ਚ ਮੂਵ ਡਿਮਾਂਡ ਜਿਸ ਗੱਡੀ ਦੀ 16.5 ਲੱਖ ਰੁਪਏ ਲਓ ਪੈਸੇ 16.5 ਲੱਖ ਰੁਪਏ ਡਿਮਾਂਡ ਪੈਸੇ ਲਓ ਰਾਜੀ ਹੋ ਫਿਰ ਕੋਈ ਆਫਰ ਨਹੀਂ ਅੱਗੇ ਆਇਓ ਬੋਲਦਾ ਪਿਆ ਯਾਰ ਤੂੰ ਹਰ ਦਫਾ ਇੰਜ ਕਰ ਉਹਨੂੰ ਕਹਿ ਕੇ ਉਧਰ ਗਿਆ ਓ ਯਾਰ ਬਹੁਤ ਤਗੜਾ ਫਰੈਂਡ ਵੀ ਗੱਡੀ ਦਾ ਨਵਾਂ ਫਰੈਂਡ ਯਾਰ ਚੱਲ ਛੱਡ ਦਿਓ ਮੈਂ ਆਪਣੇ ਹੱਥ ਹੀ ਕਾਫੀ ਨੇ ਫੜਨ ਵਾਸਤੇ ਛੱਡ ਦਿਓ ਬਹੁਤਾ ਵੀ ਵਹਾਵਾਂਗੇ ਐਵੇਂ ਲੋਕੀ ਪਰੇਸ਼ਾਨ ਹੋ ਜਾਣਗੇ ਪੱਟੀਆਂ ਮਾਰੀਆਂ ਕਿਉਂ ਨਹੀਂ ਹਾਂ ਵੀ ਆ ਉਹ ਚੰਗਾ ਕਿਤੇ ਰੋਡ ਨਾਲ ਨਾ ਲੱਗ ਜੇ ਗੱਡੀ ਠੀਕ ਹੈ ਯਾਰ ਸੋਹਣਾ ਫਰੈਂਡ ਗੱਡੀ ਡਿੱਗੀ ਵੀ ਬਹੁਤ ਰਸ਼ਾ ਜੀ ਛੱਡ ਦਿਓ ਤੁਸੀਂ ਇਹਨੂੰ ਛੱਡ ਦਿਓ ਕੋਈ ਨਹੀਂ ਦੁੱਖਦਾ ਛੱਡ ਦਿਓ ਨਹੀਂ ਆਈ ਕੋਈ ਨੀ ਆਈ ਅਸੀਂ ਤੁਹਾਨੂੰ ਦੇ ਕੇ ਗੱਲਾਂ ਲੱਖ ਰੁਪਇਆ 16 ਲੱਖ ਰੁਪਇਆ
ਇਹਦੇ ਨਾਲ ਦੀ ਮੈਂ 13 ਮਾਡਲ ਦੀ 4 ਦਿਨ ਪਹਿਲੇ ਵੇਚੀ ਜੇ ਛੱਤ ਜੈਨਵਨ ਸੀ 21 ਲੱਖ ਰੁਪਏ ਦੀ। ਇਹ 15 ਮਾਡਲ ਹੈ ਛੱਤ ਪਿੱਲਰ ਜੈਨਵਨ ਨੇ, ਹੋਰ ਵੀ ਪੀਸ ਜੈਨਵਨ ਨੇ। ਪਰ ਤੁਸੀਂ ਡਰ ਗਏ ਹੋਗੇ, ਪਤਾ ਨਹੀਂ ਗੱਡੀ ਦੇ ਵਿੱਚੋਂ ਕੀ ਨਿਕਲ ਆਇਆ। ਉਹਨਾਂ ਦੇ ਬੰਦੇ 24 ਲੱਖ ਰੁਪਏ ਦੀ ਗੱਡੀ ਨੂੰ ਪੈਸੇ ਤਾਂ ਲਓ ਕੋਈ, ਇੱਕੋ ਗੱਡੀ 7 ਲੱਖ ਕਮਾਉਣਾ ਹੈ, ਪੈਸੇ ਲਓ ਕਿ ਗੱਡੀ ਮਿਲੇਗੀ ਨਾ। ਹਾਂਜੀ 17.5 ਲੱਖ ਦੇ ਉੱਤੇ ਆ ਗਈ ਨਹੀਂ ਜੀ, ਅੱਗੇ ਆਇਓ ਜੀ। ਪਲੇਟਾਂ ਜੈਨੂਇਨ ਹੈ, 3 ਲੱਖ ਦਿੱਤੇ ਆ ਕੋਈ। ₹11 ਲੱਖ ਪੂਰੇ 11 ਲੱਖ ਰੁਪਏ ਜੀ, 11 ਲੱਖ ਦੇ ਉੱਤੇ ਕੋਈ ਤਾਂ ਬੋਲੋ, 11 ਲੱਖ ਰੁਪਏ ਦੇ ਉੱਤੇ ਕੋਈ ਕੋਈ ਗੱਲ ਨਹੀਂ। ਗੋਰੀ ਸਾਹਿਬ ਕਿੱਧਰ ਨੇ? ਹਾਂਜੀ ਅਜੇ ਮੈਂ ਗੱਡੀਆਂ ਖਰੀਦਣਾ, ਤੁਸੀਂ ਗੱਲ ਬੋਲੋ। ਹਾਂਜੀ ਇਹ